अजीत पंजाबी दी ऑथेंटिक खबरां दे लई सब्सक्राइब करो अजीत वेब टीवी अते ताजी खबरां दी नोटिफिकेशन पाउण दे लई बेल आइकन ते क्लिक करो। सिद्धी आप रखे जी बड़ाई है जी, टुट गई भज गई सारी, नवीं बननी चाहिदी है, चाहे जिहड़ी कारवाई बननी चाहिदी मते ओ होनी चाहिदी। इक्की तो बनी कदों कहिंदे ए जी? अज तो 2-3 महीने हो गए, मैं इहनूं लग तां बाद चिर दी लगे सी इह। अच्छा, ते कल परसों कोई बंदा वेख के गया, ओह दस के गया वी डिग्गी टुट गई। डिगी नवी बननी चाहिदी है, सफाई हो नाले दी, कोई जिहड़ी वी कीती कारवाई कीती, रुख रख पट्टे जाण तां वधिया। जंगली बणिया पिआ, जंगली बणिया पिआ जी। डिगी बणी सी 3 महीने होए आ तैयार होई नूं, ਇਹਦੇ ਵਿੱਚ 20 ਦਿਨ ਹੋ ਗਏ, 22 ਦਿਨ ਹੋ ਗਏ ਪਾਣੀ ਪਾਇਆ ਸੀ ਇਹਨਾਂ ਨੇ, ਤੇ ਸਾਰੀ ਖਿੱਲਰ ਗਈ, ਚਾਰਜ ਫਿਰ ਪਾੜ ਗਈ। ਤੇ ਫਿਰ ਪਾਣੀ ਤਾਂ ਨਹੀਂ ਚ ਪਾਇਆ, ਫਿਰ ਪਾਣੀ ਕਿਵੇਂ ਜਾਂਦਾ ਹੁਣ? ਪਾਣੀ 6 ਫੁੱਟ ਪਾਇਆ ਜੀ, ਇੱਕ ਡਿੱਗੀ ਪੁਰਾਣੀ ਹੈ ਉਹਦੇ ਚ ਉਹ ਚੱਲਦੀ ਪਈ ਜੀ, ਉਹਦੀ ਵੀ ਸਫਾਈ ਨਹੀਂ ਹੋਈ ਆ, ਦੇਖੋ ਮਾੜਾ ਜਿਹਾ ਇੱਧਰ ਪਹਿਲਾਂ ਹੀ ਪਾਣੀ ਪਾਇਆ। ਹਾਂਜੀ, ਤੇ ਫਿਰ ਸ਼ਿਕਾਇਤ ਨਹੀਂ ਕੀਤੀ ਕੋਈ ਐਮਐਲਏ ਕਿਹੜਾ ਹੈਗਾ ਜੀ? ਕੋਈ ਨਹੀਂ ਸੁਣਦਾ ਜੀ। ਅੱਛਾ, अगो समान ही लाया, मटेरियल नहीं लाया सर। लगता है कि कमियां या लापरवाही रही है सर? सारियां कमियां ने, जांच होनी चाहिए बिलकुल, इन्हां ते बंदी कारवाई भी होनी चाहिए। ਉਹ ਸਰ ਨਵਾਂ ਤਾਂ ਕੀ ਬਣਾਉਣਾ ਸੀ, ਪੁਰਾਣਾ ਵੀ ਦੇਖੋ ਤੁਸੀਂ, ਉਹ ਵਿੱਚ ਡਿੱਗੀ ਦੇ ਵਿੱਚ ਟਾਲੀਆਂ ਪਈਆਂ ਡਿੱਗੀਆਂ, ਆ ਪਲਾਸਟਿਕ ਦੀਆਂ ਸ਼ੀਸ਼ੀਆਂ ਪਈਆਂ, ਇਹਦੇ ਵਿੱਚ ਜਾਨਵਰ ਵੀ ਡਿੱਗ ਸਕਦਾ, ਕੋਈ ਪਸ਼ੂ ਵੀ ਡਿੱਗ ਸਕਦਾ ਵਿੱਚ ਕੋਈ। ਤੇ ਫਿਰ ਇਹ ਪਾਣੀ ਪੀਂਦੇ ਹੋ ਜਿਹੜਾ ਗੰਦਾ? ਬਿਲਕੁਲ, ਇਹੋ ਹੀ ਪੀਣਾ ਪੈਂਦਾ ਜੀ, ਬਿਮਾਰੀਆਂ ਵੀ ਲੱਗ ਸਕਦੀਆਂ। ਬਿਲਕੁਲ, ਭੱਟੀ ਸਦੀਕ ਹੈ ਜੀ, ਸੁਰਜੀਤ ਸਿੰਘ ਨਾਮ ਹੈ ਜੀ। ਹਾਂਜੀ, ਕੀ ਸਮੱਸਿਆ ਕੀ ਹੈ? ਕਹਿੰਦੇ ਜੀ ਪਾਣੀ ਜਿਹੜਾ ਸ਼ੁੱਧ ਨਹੀਂ ਪਹੁੰਚ ਰਿਹਾ ਹੈਗਾ। ਸਮੱਸਿਆ ਜੀ ਆ, ਨਵੀਂ ਡਿੱਗੀ ਬਣੀ ਜੀ, 2-3 ਮਹੀਨੇ ਹੋਏ ਜੀ, ਤੇ ਪਾਣੀ ਪਾਇਆ ਜੇ ਕੋਈ 20-25 ਦਿਨਾਂ ਦੇ ਹੋਏ ਜੀ ਪਾਣੀ ਪਾਏ ਨੂੰ, ਤੇ ਸਾਰੀ ਡਿੱਗੀ ਬਹਿ ਗਈ ਜੀ, ਸਾਰਾ ਚਾਰਚ ਮੇਰੇ ਕੋਲ ਮਟੀਰੀਅਲ ਸਹੀ ਲੱਗਿਆ ਨਹੀਂ ਜੀ ਇਹਦਾ, ਤੇ ਨਾ ਹੀ ਇਹਦੇ ਕੋਈ ਸਾਈਡ ਤੇ ਮਿੱਟੀ ਲੱਗੀ ਹੈ ਜੀ, ਨਾ ਇਹਦੇ ਕੋਈ ਤਾਰਬੰਦੀ ਹੋਈ ਸਾਈਡ ਤੇ, ਕੋਈ ਪਸ਼ੂ ਜਾਨਵਰ ਵੀ ਡਿੱਗ ਸਕਦਾ ਜੀ, ਤੇ ਹਰ ਤਰ੍ਹਾਂ ਦੀ ਇਹਦੇ ਵਿੱਚ ਕਮੀ ਹੈ ਜੀ, ਕੋਈ ਵੀ ਹੈ ਜੀ ਸਹੀ ਮਟੀਰੀਅਲ ਨਹੀਂ ਲੱਗਿਆ ਜੀ ਇਹਦੇ ਵਿੱਚ। ਸਾਰੀ ਜਿਹੜੀ ਟੁੱਟ ਗਈ ਸੀਗੀ ਜਿਹੜੇ ਕਹਿੰਦੇ ਬਹਿ ਗਈ ਸੀਗੀ ਪੂਰੀ? ਹਾਂਜੀ ਹਾਂਜੀ, ਪੂਰੀ ਬਹਿ ਗਈ ਜੀ। ਅੱਛਾ, ਹਾਂਜੀ, ਸਾਰੀ ਸਾਈਡਾਂ ਹੀ ਬੈਠੀਆਂ ਪਈਆਂ ਜੀ ਸਾਰੇ ਪਾਸਿਓਂ, ਆ ਤੁਸੀਂ ਵੇਖੋ ਜੀ ਸਾਰੇ ਪਾਸੇ ਫੁੱਲ ਕਿੱਡੀ ਗਈ। ਕੋਈ ਨਹੀਂ ਆਇਆ ਜੀ ਨਾ ਕੋਈ ਇੱਥੇ ਕੋਈ ਆ ਕੇ ਕਿਸੇ ਨੇ ਦੇਖਿਆ ਤੇ ਦੇਖ ਦੂਖ ਕੇ ਆ ਸਰਪੰਚ ਨੂੰ ਫੋਨ ਕਰਿਆ ਇਹਨਾਂ ਨੇ, ਕਿਤੇ ਉਹਨਾਂ ਨੇ ਆ ਕੋਈ ਮਾੜਾ ਮੋਟਾ ਕਰਾ ਕੇ ਤੇ ਦੁਬਾਰੇ ਪਾਣੀ ਪਾਉਣ ਦੀ ਕਹੇ, ਪਰ ਲੇਕਿਨ ਪਾਣੀ ਪਾਇਆ ਤਾਂ ਚੱਲਣੀ ਨਹੀਂ ਜੀ। ਕੀ ਮੰਗ ਕਰਦੇ ਹੋ? ਅਸੀਂ ਤਾਂ ਮੰਗ ਹੀ ਕਰਦੇ ਹਾਂ ਜੀ ਕਿ ਦੁਬਾਰੇ ਬਣੇ, ਸਹੀ ਤਰੀਕੇ ਨਾਲ ਇਹਨੂੰ ਮਟੀਰੀਅਲ ਲੱਗੇ ਤੇ ਪਾਣੀ ਪਿੰਡ 'ਚ ਸਾਫ਼ ਸੁਥਰਾ ਜਾਵੇ। ਆਹ ਪੁਰਾਣੀ ਡਿੱਗੀ 'ਚ ਜਾਈ ਜਾਂਦਾ ਜੀ, ਇਹਦੇ ਵਿੱਚ ਵੀ ਕਚਰਾ ਭਰਿਆ ਪਿਆ, ਵੇਖੋ ਜੀ ਸਾਰਾ ਦਰਖਤ ਵਿੱਚ ਡਿੱਗੇ ਪਏ ਆ, ਬੋਤਲਾਂ ਗੰਦਾ ਸਾਰਾ ਜੋ ਵੀ ਹੈਗਾ ਇਹਦੇ ਵਿੱਚ ਗੰਦ ਮੰਦ ਪਿਆ ਜੀ, ਚਾਹੀ ਪਾਣੀ ਪੀ ਜਾਂਦੇ ਜੀ, ਬਿਮਾਰੀਆਂ ਦਾ ਘਰ ਹੈਗਾ ਜੀ। ਜਿਹੜੀ ਨਵੀਂ ਜਿਹੜੀ ਟੁੱਟ ਗਈ ਤੇ ਲੇਕਿਨ ਪੁਰਾਣੀ ਅੱਜ ਵੀ ਜਿਹੜੀ ਖੜੀ, ਪੁਰਾਣੀ ਜੀ ਬਹੁਤ ਵਧੀਆ ਸਹੀ ਡਿੱਗੀ ਹੈਗੀ ਹੈ ਜੀ, ਪਰ ਇਹਦੀ ਵੀ ਸੰਭਾਲ ਨਹੀਂ ਹੈਗੀ, ਇਹਦੇ 'ਚ ਵੀ ਬਹੁਤ ਜ਼ਿਆਦਾ ਕਚਰਾ ਪਿਆ, ਇਹਦੇ ਹੁਣ ਸਾਈਡ ਤੇ ਤਾਰ ਲੱਗੀ ਹੋਵੇ ਜੀ, ਜਾਨਵਰ ਕੋਈ ਪਸ਼ੂ ਆਵਾਰਾ ਵਾਧੂ ਤੁਰੇ ਫਿਰਦੇ ਜੀ ਵਿੱਚ ਡਿੱਗ ਸਕਦੇ ਜੀ, ਤੇ ਉਹੀ ਪਾਣੀ ਫਿਰ ਪੀਣਾ ਪਊਗਾ ਜੀ, ਕਿਉਂਕਿ ਮਜਬੂਰੀ ਹੈ ਸਾਡੀ ਤਾਂ ਜੀ। ਫਿਰ ਹੁਣ ਗੰਦਾ ਪਾਣੀ ਜਿਹੜਾ ਦੂਸ਼ਿਤ ਪਾਣੀ ਉਹੀ ਜਾਂਦਾ, ਉਹੀ ਜਾਂਦਾ ਜੀ, ਉਹ ਪੀਣਾ ਪਊਗਾ ਜੀ, ਉਹੀ ਪੀਨੇ ਆ ਜੀ, ਮਜਬੂਰੀ ਹੈ ਜੀ ਸਾਡੀ। ਇਹ ਮਾਮਲਾ ਜਿਹੜਾ ਅੱਜ ਹੀ ਸਾਡੇ ਧਿਆਨ ਵਿੱਚ ਆਇਆ, ਇਹਦੇ ਜਿਹੜੇ ਸੰਬੰਧਿਤ ਜੇਈ ਦੀ ਡਿਊਟੀ ਲਗਾਈ ਗਈ ਹੈ, ਤੇ ਅਸੀਂ ਬਕਾਇਦਾ ਚੈਕਿੰਗ ਕੀਤੀ ਜਾਊਗੀ, ਜੇ ਇਨ ਕੇਸ ਸਾਹਮਣੇ ਆਉਂਦਾ ਕਿ ਮਾੜੀ ਮਟੀਰੀਅਲ ਕਰਕੇ ਉਹ ਟੈਂਕ ਟੁੱਟਿਆ ਤਾਂ ਬੰਦਾ ਐਕਸ਼ਨ ਜ਼ਰੂਰ ਲਿਆ ਜਾਊਗਾ, ਔਰ ਜੇ ਕਿਸੇ ਹੋਰ ਕਾਰਨ ਕਰਕੇ ਉਹ ਵੀ ਇਸਨੂੰ ਤੁਰੰਤ ਰਿਵੀਲ ਕਰ ਦਿੱਤਾ ਜਾਊ।